जलंधर के नकोदर चौक विखे वापरिया सड़क हादसा, एक की हुई मौत, दो गंभीर रूप नाल होए जख्मी। घटना जलंधर के नकोदर चौक ते मेन रोड दी है, जिथे की एक ट्रक चालक वालों मोटरसाइकिल ते जा रहे तीन युवकों नू साइड मारी गई, जिस कारण यह सड़क हादसा वापरिया। छानबीन दौरान पता लग्या की मोटरसाइकिल ते सवार युवकों दे विचों एक युवक का नाम रवि कुमार कालों है, जिसकी मौके ते ही मौत हो गई। उसके दो साथी जलंधर के निजी हस्पताल दे विच जेरे इलाज हन। उते जिस ट्रक वालों टक्कर मारी गई है उसका ड्राइवर मौके तो फरार हो चुकया। मौके ते पुजे मृतक दे रिश्तेदार ते इलाका काउंसलर शहरी चड्डा ते थाना नंबर 6 दी पुलिस दे ASI सुखवंत सिंह दा कहना है कि उन्हां दे वल्लों इस मामले नू दर्ज करके कार्रवाई कीती जा रही है ते दोषी डेविड जल्द ही गिरफ्तार कीता जावेगा। ब्यूरो रिपोर्ट HSN न्यूज। ਜਿਹੜਾ ਐਕਸੀਡੈਂਟ ਹੋਇਆ ਮੇਰੇ ਬਿਲਕੁਲ ਮੇਰੇ ਬੱਚਿਆਂ ਵਾਂਗੂ ਮੇਰਾ ਭਾਂਜਾ ਹੀ ਲੱਗਦਾ ਸੀਗਾ, ਜਿਹਦੀ ਮੌਕੇ ਤੇ ਡੈਥ ਹੋ ਗਈ ਹੈ। ਇੱਕ ਟਰਾਲਾ ਟੈਪ ਜਿਹੜਾ ਟਰੱਕ ਸੀਗਾ ਇਹ ਲੰਘਦੇ ਸੀਗੇ, ਤਿੰਨ ਸੀਗੇ ਦੋਸਤ ਸੀ ਤੇ ਇਹ ਆਪਣੇ ਨਿੱਜੀ ਕੰਮ ਲਈ ਜਾ ਰਹੇ ਸੀ ਤੇ ਉਹਨਾਂ ਨੂੰ ਓਵਰਟੇਕ ਕਰਕੇ ਉਹਨਾਂ ਥੱਲੇ ਕੁਚਲਤਾ, ਜਿਹਦੀ ਕਿ ਰਵੀ ਕੁਮਾਰ ਕਾਲੂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਇੱਕ ਲੜਕੇ ਦੇ ਹੱਥ ਤੇ ਇੱਕ ਲੜਕਾ ਜ਼ਿਆਦਾ ਸੀਰੀਅਸ ਹੈ। ਸੋ ਸਾਡੀ ਪ੍ਰਸ਼ਾਸਨ ਅੱਗੇ ਮੰਗ ਹੈ, ਮੇਰੇ ਨਾਲ MC ਸਾਹਿਬ ਸ਼ਹਿਰੀ ਚੱਡਾ ਵੀ ਉੱਥੇ ਪਹੁੰਚੇ ਹੈ, ਹੋਰ ਬੜੇ ਸਾਥੀ ਪਹੁੰਚੇ ਹੈ, ਸਾਰਾ ਮੁੱਲਾ ਨੂੰ ਅਸੀਂ ਪਹੁੰਚੇ। ਬਹੁਤ ਹੀ ਦੁੱਖ ਘੜੀ ਹੈ ਇਹ ਕਿ ਮੈਂ ਪ੍ਰਸ਼ਾਸਨ ਕੋਲ ਮੰਗ ਕਰਾਂਗਾ ਕਿ ਜਿਹੜਾ ਪਰਿਵਾਰ ਹੈ ਬਹੁਤ ਦੁੱਖਦਾਈ ਇਹਨਾਂ ਨਾਲ ਬੀਤੀ ਹੈ, ਇਹਨਾਂ ਨੂੰ ਪੂਰਾ ਇਹਨਾਂ ਨਾਲ ਮੁਆਵਜ਼ਾ ਮਿਲੇ, ਇਹਨਾਂ ਨੂੰ ਇਨਸਾਫ ਮਿਲੇ। ਟਰੱਕ ਵਾਲਾ ਟਰੱਕ ਛੱਡ ਕੇ ਦੌੜ ਗਿਆ, ਪੂਰਾ ਇਨਸਾਫ ਪਰਿਵਾਰ ਨੂੰ ਮਿਲਣਾ ਚਾਹੀਦਾ। ਬਸ ਮੇਰੀ ਇਹੀ ਬੇਨਤੀ। ਇਹਨਾਂ ਦੇ ਪਰਿਵਾਰ ਵਾਲੇ ਆ ਗਏ? ਹਾਂਜੀ, ਸਾਰੇ ਦੇ ਪਰਿਵਾਰ ਵਾਲੇ ਤੇ ਜਿਹੜਾ ਮੁੰਡਾ ਜ਼ਿਆਦਾ ਇੱਕ ਸੀਰੀਅਸ ਉਹਦਾ ਪਤਾ ਨਹੀਂ ਲੱਗ ਰਿਹਾ, ਅਸੀਂ ਉਹਦਾ ਪਤਾ ਕਰਕੇ ਉਹਦੇ ਪਰਿਵਾਰ ਵਾਲੇ ਨੂੰ ਬੁਲਾ ਰਹੇ ਹਾਂ। ਅੱਜ ਜਿਹੜਾ ਐਕਸੀਡੈਂਟ ਹੋਇਆ ਨਕੋਦਰ ਚੌਂਕ ਦੇ ਲਾਗੇ, ਜਿਹੜੀ ਡਿੰਪਲ ਫਿਸ਼ ਕਾਰਨਰ ਦੇ ਬਾਹਰ ਐਕਸੀਡੈਂਟ ਹੋਇਆ। ਇੱਕ ਟਰਾਲਾ ਸੀ ਵੱਡਾ, ਜਿਹੜੇ ਤਿੰਨ ਬੱਚੇ ਜਾ ਰਹੇ ਸੀ, ਇਹਨਾਂ ਤਿੰਨਾਂ ਬੱਚਿਆਂ ਨੂੰ ਸਾਈਡ ਮਾਰੀ ਹੈ, ਇੱਕ ਬੱਚੇ ਦੀ ਮੌਕੇ 'ਤੇ ਡੈਥ ਹੋ ਗਈ ਹੈ, ਦੂਸਰਾ ਜਿਹੜਾ ਮੁੰਡਾ ਉਹ ਸੀਰੀਅਸ ਹੈ। ਤਿੰਨ ਦੋ ਸੀਗੇ, ਇੱਕ ਮੁੰਡੇ ਦੀ ਬਾਜੂ 'ਤੇ ਸੱਟ ਲੱਗੀ ਕਾਫੀ ਜ਼ਿਆਦਾ, ਔਰ ਤਿੰਨਾਂ ਦਾ ਇਲਾਜ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗਾ ਕਿ ਜਿਹੜਾ ਵੀ ਇਸ ਟਾਈਮ ਜੋ ਵੀ ਸਮਾਂ ਨਹੀਂ ਸੀਗਾ, ਇਸ ਟਾਈਮ ਵੱਡੇ ਟਰਾਲੇ ਜਿਹੜੇ ਇੱਥੇ ਲੰਘਦੇ 9 ਵਜੇ ਤੋਂ ਬਾਅਦ ਉਹ ਲੰਘਣੇ ਨਹੀਂ ਚਾਹੀਦੇ, ਅਤੇ ਪ੍ਰਸ਼ਾਸਨ ਨੂੰ ਕਹਾਂਗਾ ਜੋ ਵੀ ਇਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣਾ, ਇਹਨਾਂ ਦਾ ਇਲਾਜ, ਔਰ ਜਿਹੜਾ ਬੱਚਾ ਡੈਥ ਹੋ ਗਈ ਉਹਦਾ ਮੌਕੇ ਜੋ ਬਣਦਾ ਉਹਨੂੰ ਮੁਆਵਜ਼ਾ ਦੇਣਾ। ਇੱਕ ਮੁੰਡਾ ਕਾਲੂ ਹੈ, ਇੱਕ ਮੁੰਡਾ ਰਵੀ ਹੈ, ਇੱਕ ਰਜੇਸ਼ ਜਾਂ ਬੁਗਣੀ ਇੱਦੇ ਕੋਈ ਨਾਮ ਆ। ਇਹ ਮੁੰਡੇ ਮਖਦੂਮਪੁਰੇ ਮੁਹੱਲੇ ਬੈਕ ਸਾਈਡ 'ਤੇ ਰਹਿੰਦੇ ਆ, ਝੁੱਗੀਆਂ ਦੇ ਕੋਲ। ਹਾਂ, ਉਹਨਾਂ ਦੇ ਘਰਦਿਆਂ ਨੇ ਮੈਨੂੰ ਫੋਨ ਆਇਆ ਸੀ, ਮੈਂ ਮੌਕੇ 'ਤੇ ਪਹੁੰਚਿਆ, ਮੇਰੇ ਨਾਲ ਨਿੰਦਰ ਥਾਪਰ ਵੀ ਪਹੁੰਚੇ, ਮੇਰੇ ਇਲਾਕਾ ਨਿਵਾਸੀ ਸਾਰੇ ਪਹੁੰਚੇ, ਔਰ ਜੋ ਬਣਦੀ ਵੀ ਸੀ ਅਸੀਂ ਆਪਣੇ ਕੋਲ ਜਮ੍ਹਾਂ ਕਰਾਤੀ, ਬਾਕੀ ਸਾਰੇ ਪਰਿਵਾਰ ਆਉਂਦੇ ਵੀ। ਇੱਕ ਬੱਚਾ ਜਿਹੜਾ ਮੌਕੇ 'ਤੇ ਡੈਥ ਹੋ ਗਈ ਹੈ, ਟਰੱਕ ਡਰਾਈਵਰ ਦੌੜ ਗਿਆ, ਪੁਲਿਸ ਪ੍ਰਸ਼ਾਸਨ ਆ ਗਿਆ, ਪੁਲਿਸ ਵਾਲੇ ਅਸੀਂ ਬੁਲਾ ਲਿਆ, SHO ਸਾਹਿਬ ਵੀ ਆ ਗਏ, ਉੱਥੇ ਦੋ ਮੁਲਾਜ਼ਮ ਵੀ ਭੇਜਤੇ ਉਹਨਾਂ ਨੇ, ਉਹ ਟਰੱਕ ਪੁਲਿਸ ਨੂੰ ਅਸੀਂ ਦੇ ਦਿੱਤਾ ਉਹਨਾਂ ਦੇ ਨਾਮ 'ਤੇ। ਮੈਂ ਤਾਂ ਇੱਕ ਐਕਸੀਡੈਂਟ ਹੋਇਆ ਵਾ, ਟਰੱਕ ਨਾਲ ਬੱਚੇ ਜਾ ਰਹੇ ਸੀਗੇ ਮੋਟਰਸਾਈਕਲ 'ਤੇ, ਉਹਨਾਂ ਦੀ ਇੱਕ ਜਲਦੀ ਡੈਥ ਹੋ ਗਈ ਆ, ਉਹਨਾਂ ਦਾ ਵੀ ਆ, ਇੱਕ ਲੜਕਾ ਵਰਨ ਵਾ ਜਿਹੜਾ ਆਰਥਲ ਵਾ ਉਸਦੇ ਦਾਖਲ ਵਾ, ਇੱਕ ਇਹਦਾ ਨਾਮ ਨਾਲ ਨਾਮ ਦਾ ਨਹੀਂ ਪਤਾ, ਉਹ ਵੀ ਮੁੰਡਾ ਜਿਹੜਾ ਵਾ ਇੱਥੇ ਹੋਸਪਿਟਲ ਦਾਖਲ ਵਾ। ਕਿੱਥੋਂ ਦੇ ਰਹਿਣ ਪਤਾ ਲੱਗਾ ਜੀ? ਡੈਥ ਹੋਈ ਮੁੰਡੇ ਮਖਦੂਮਪੁਰ ਰਹਿਣ ਵਾਲਾ ਵਾ, ਇੱਕ ਦਾਖਲ ਵਾ ਮੁੰਡਾ ਆਰਥਲ ਇਹ ਵੀ ਮਖਦੂਮਪੁਰੇ ਦੇ ਆ, ਇੱਥੇ ਅਸੀਂ ਰਿਸ਼ਤੇਦਾਰ ਸੀ, ਰਿਸ਼ਤੇਦਾਰੀ ਸੀਗੇ। ਕਿੱਧਰੋਂ ਜਾ ਰਹੇ ਸੀ? ਕਿੱਥੇ? ਇਹ ਮਖਦੂਮਪੁਰੇ ਤੋਂ ਆਪਣੇ ਰਿਸ਼ਤੇਦਾਰ ਨੂੰ ਕੈਂਪ ਛੱਡਣ ਜਾ ਰਹੇ। ਦੇਖਦੇ ਹਾਂ ਕਿੱਦਾਂ, ਇਹਨੂੰ ਦੱਸਿਆ ਨਹੀਂ ਕੋਈ ਸਾਨੂੰ, ਅਸੀਂ ਹੁਣ ਮੌਕੇ 'ਤੇ ਪਹੁੰਚ ਗਏ, ਇਹ ਦੇਖਦੇ ਹਾਂ ਉਹਦੀ ਗੱਡੀ ਦੇ ਟਾਇਰ ਥੱਲੇ ਆਇਆ ਵਾ, ਉਹਦੀ ਬਲੱਡ ਵਗੈਰਾ ਵਗੈਰਾ, ਟਰੱਕ ਸੀ, ਟਰੱਕ ਸੀ, ਸਮਾਨ ਹੈਗਾ ਟਰੱਕ ਦੇ ਕੋਈ, ਇਹ ਖਾਲੀ ਹੈ ਟਰੱਕ, ਅਤੇ ਜਿਹੜਾ ਡਰਾਈਵਰ ਮੌਕੇ 'ਤੇ ਪਹੁੰਚ ਗਿਆ, ਕਾਰਵਾਈ ਬਿਆਨਾਂ 'ਤੇ ਆਪਾਂ ਹੀ ਦਰਜ ਕਰਾਂਗੇ, ਜਿਹੜੀ ਬਣਦੀ ਕਾਰਵਾਈ ਆਪਾਂ ਰੱਖ ਜਾਊਗੀ। ਕੀ ਨਾਮ ਸਰ ਆਪਣਾ? ਮੇਰਾ ਨਾਮ ਸਬ ਇੰਸਪੈਕਟਰ ਸੁਖਵੰਤ ਸਿੰਘ। ਅਤੇ ਜਿਹੜੀ ਜਿਹੜੀ ਡੈਥ ਹੋਈ ਹੈ ਉਹਦੇ ਘਰ ਦੇ ਆ ਗਏ? ਹਾਂ, ਮੌਕੇ 'ਤੇ ਘਰ ਦੇ ਰੱਖ ਲਏ, ਇੱਥੇ ਗੱਲ ਪਹੁੰਚ।